ਹੈਲੋ ਦੋਸਤੋ, ਮੈਂ ਨਵਜਿੰਦਰ ਸਿੰਘ ਲਰਨ ਡੇਲ ਤੇ ਤੁਹਾਡਾ ਸਵਾਗਤ ਕਰਦਾ ਹਾਂ। ਤਾਂ ਅੱਜ ਹੈ ਆਪਣੀ ਪੰਜਾਬ ਜੀਕੇ ਦੀ ਕਲਾਸ ਨੰਬਰ 6। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪੰਜਾਬ ਜੀਕੇ ਦੀਆਂ ਥਿਊਰੀ ਕਲਾਸਿਸ ਜਿਹੜੀਆਂ ਨੇ ਉਹ ਸ਼ੁਰੂ ਕੀਤੀਆਂ ਹੋਈਆਂ ਨੇ, ਤੇ ਕੱਲ ਦੀ ਆਪਾਂ 5th ਨੰਬਰ ਕਲਾਸ ਦੇ ਵਿੱਚ ਜਿਹੜਾ ਹੈ ਆਪਾਂ ਗੁਰੂਆਂ ਬਾਰੇ ਜਿਹੜੀ ਸੀ ਪੂਰੀ ਹਿਸਟਰੀ ਜਿਹੜੀ ਸੀ ਉਹ ਕੰਪਲੀਟ ਕਰ ਚੁੱਕੇ ਸੀ। ਤਾਂ ਅੱਜ ਦੀ ਕਲਾਸ ਦੇ ਵਿੱਚ ਜੋ ਅੱਗੇ ਵਾਲਾ ਆਪਾਂ ਟੌਪਿਕ ਸੀਗਾ ਉਹ ਆਪਾਂ ਸ਼ੁਰੂ ਕਰਨਾ ਸੀ, ਜਿਹੜਾ ਅੱਜ ਦਾ ਟੌਪਿਕ ਹੈ ਉਹਨੂੰ ਆਪਾਂ ਸ਼ੁਰੂ ਕਰਦੇ ਹਾਂ। ਬਟ ਉਸ ਤੋਂ ਪਹਿਲਾਂ ਅਗਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਬੈਲ ਆਈਕਨ ਵਾਲੀ ਘੰਟੀ ਨੂੰ ਆਲ ਤੇ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅੱਗੇ ਆਉਣ ਵਾਲੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ। ਤਾਂ ਕਰਦੇ ਹਾਂ ਅੱਜ ਦੀ ਕਲਾਸ ਦੀ ਸ਼ੁਰੂਆਤ, ਜਿਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਟੌਪਿਕ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ। ਠੀਕ ਹੈ, ਕੱਲ ਆਪਾਂ 10 ਗੁਰੂ ਸਾਹਿਬਾਨਾਂ ਬਾਰੇ ਪੂਰੀ ਜਾਣਕਾਰੀ ਜਿਹੜੀ ਸੀਗੀ ਡਿਟੇਲ ਦੇ ਵਿੱਚ ਕੰਪਲੀਟ ਕੀਤੀ ਸੀ। ਉਸ ਤੋਂ ਬਾਅਦ 4 ਸਾਹਿਬਜ਼ਾਦੇ, ਠੀਕ ਹੈ, ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਬਾਰੇ, ਠੀਕ ਹੈ, ਫਿਰ ਉਸ ਤੋਂ ਬਾਅਦ ਜਿਹੜੇ ਵੀ ਆਪਣੇ ਕੋਲ ਹੋਰ ਟੌਪਿਕਸ ਚੱਲਦੇ ਰਹੇ, ਜਿਵੇਂ ਕਿ ਆਪਣੇ ਕੋਲ ਅੱਜ ਦਾ ਆਪਾਂ ਜਿਹੜਾ ਟੌਪਿਕ ਸੀਗਾ ਉਹ ਸ਼ੁਰੂ ਕਰਨਾ ਸੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ। ਤਾਂ ਉਹੀ ਅੱਜ ਦਾ ਆਪਣਾ ਪਹਿਲਾ ਟੌਪਿਕ ਹੈ। ਤਾਂ ਇਸ ਦੇ ਨਾਲ ਜਿਹੜੀ ਪੂਰੀ ਜਾਣਕਾਰੀ ਜੋ ਹੈ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਕਲੈਕਟ ਇੱਥੇ ਕਰਾਂਗੇ। ਤਾਂ ਫਸਟਲੀ ਆਪਣੇ ਕੋਲ ਹੈ ਜੀ ਬਰਥ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਜਿਹੜਾ ਸੀ ਉਹ 27 ਅਕਤੂਬਰ ਜਾਂ ਫਿਰ 16 ਅਕਤੂਬਰ, ਕਿਉਂਕਿ ਕਿਤੇ ਕਿਤੇ ਇਹ 27 ਅਕਤੂਬਰ ਦੇਖਣ ਨੂੰ ਮਿਲਦਾ ਹੈ ਔਰ ਕਿਤੇ 16 ਅਕਤੂਬਰ ਦੇਖਣ ਨੂੰ ਮਿਲਦਾ ਹੈ, ਔਰ ਇਹ ਕਨਫਰਮ ਨਹੀਂ ਹੈ ਕਿਤੇ ਵੀ ਜਾਂ 27 ਹੀ ਜਿਹੜਾ ਹੈ ਉਹ ਸਹੀ ਹੈ ਜਾਂ 16 ਸਹੀ ਹੈ, ਇਹਨਾਂ ਦੋਵਾਂ ਦੇ ਵਿੱਚ ਕਨਫਰਮੇਸ਼ਨ ਕਿਤੇ ਵੀ ਨਹੀਂ ਕਲੀਅਰ ਕੀਤੀ ਗਈ। ਤਾਂ ਜਿਹੜਾ ਸੰਨ ਹੈ ਆਪਣੇ ਕੋਲ ਉਹ 1670 ਹੀ ਰਹਿੰਦਾ, ਬਟ ਆਪਾਂ ਨੂੰ ਇਹ ਡੇਟਸ ਜਿਹੜੀਆਂ ਨੇ ਇਹ ਦੋਨੋਂ ਯਾਦ ਰੱਖਣੀਆਂ ਪੈਣਗੀਆਂ, ਯਾਨੀ ਕਿ 27 ਅਕਤੂਬਰ ਜਾਂ ਫਿਰ 16 ਅਕਤੂਬਰ, ਇਹ ਦੋਨੋਂ ਡੇਟਸ ਆਪਾਂ ਨੂੰ ਯਾਦ ਰੱਖਣੀਆਂ ਪੈਣਗੀਆਂ ਔਰ ਆਪਣੇ ਆਪਸ਼ਨ ਵਾਈਜ਼ ਜਿਹੜਾ ਆਪਾਂ ਨੂੰ ਚੱਲਣਾ ਪਏਗਾ ਕਿ ਪੇਪਰ ਦੇ ਵਿੱਚ ਕਿਹੜੀ ਆਪਸ਼ਨ ਜਿਹੜੀ ਹੈਗੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਠੀਕ ਹੈ, ਔਰ ਬਰਥ ਪਲੇਸ ਦੀ ਅਗਰ ਗੱਲ ਕਰੀਏ ਤਾਂ ਆਪਣੇ ਕੋਲ ਆ ਜਾਂਦਾ ਜੀ ਰਜੌਰੀ। ਠੀਕ ਹੈ, ਬਰਥ ਪਲੇਸ ਦੀ ਗੱਲ ਕਰੀਏ ਤਾਂ ਰਜੌਰੀ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਹੋਇਆ ਸੀ। ਤਾਂ ਫਾਦਰ ਦਾ ਨੇਮ ਸੀਗਾ ਜੀ ਰਾਮਦੇਵ, ਠੀਕ ਹੈ, ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰੀਅਲ ਨੇਮ ਜੋ ਸੀ ਉਹ ਸੀ ਲਛਮਣ ਦੇਵ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਸੀਗੇ ਇਹ ਪਹਿਲਾਂ ਤੋਂ ਹੀ ਸਿੱਖ ਨਹੀਂ ਸਨ, ਸਿੰਘ ਨਹੀਂ ਸਨ, ਇਹ ਪਹਿਲਾਂ ਕੀ ਸੀਗੇ, ਰਾਜਪੂਤ ਸਨ। ਠੀਕ ਹੈ, ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਰਾਜਪੂਤ ਸਨ ਜਦੋਂ ਇਹਨਾਂ ਦਾ ਨਾਮ ਸੀਗਾ ਲਛਮਣ ਦੇਵ, ਔਰ ਬਾਅਦ ਵਿੱਚ ਇਹ ਸਿੱਖ ਬਣੇ ਸੀ ਜਦੋਂ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਦਾ ਦਰਜਾ ਦਿੱਤਾ ਗਿਆ ਸੀ, ਬਣਾਇਆ ਗਿਆ ਸੀ। ਠੀਕ ਹੈ, ਤਾਂ ਇਹਨਾਂ ਨੂੰ ਹੋਰ ਕਿਹੜੇ ਨਾਮਾਂ ਨਾਲ ਜਾਣਿਆ ਜਾਂਦਾ, ਜਿਵੇਂ ਕਿ ਮਾਧੋ ਦਾਸ ਬੈਰਾਗ, ਠੀਕ ਹੈ, ਕਿਉਂਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਛੋਟੀ ਉਮਰ ਦੇ ਵਿੱਚ, ਕਿਉਂਕਿ ਇਹ ਇਹਨਾਂ ਦਾ ਤੀਰ ਅੰਜਾਦੀ ਜਿਹੜੀ ਸੀਗੀ, ਤੀਰ ਜਿਹੜਾ ਸੀਗਾ ਇਹ ਬਹੁਤ ਵਧੀਆ ਤਰੀਕੇ ਨਾਲ ਚਲਾਉਂਦੇ ਸੀ, ਔਰ ਜੰਗਲ ਦੇ ਵਿੱਚ ਇੱਕ ਵਾਰ ਸ਼ਿਕਾਰ ਕਰਦੇ ਹੋਏ ਜਿਹੜੀ ਸੀਗੀ ਪ੍ਰੈਗਨੈਂਟ ਹਿਰਨੀ ਜੋ ਸੀ ਉਹ ਇਹਨਾਂ ਤੋਂ ਮਰ ਗਈ ਸੀਗੀ। ਠੀਕ ਹੈ, ਤਾਂ ਉਹਦੇ ਕਾਰਨ ਜਿਹੜਾ ਇਹਨਾਂ ਨੇ ਕੀ ਸੀਗਾ ਬੈਰਾਗ ਧਾਰ ਲਿਆ ਸੀ, ਯਾਨੀ ਕਿ ਇੱਕ ਬੈਰਾਗੀ ਬਣ ਗਏ ਸੀਗੇ। ਤਾਂ ਉਦੋਂ ਤੋਂ ਇਹਨਾਂ ਦਾ ਨਾਮ ਜਿਹੜਾ ਹੈ ਮਾਧੋ ਦਾਸ ਬੈਰਾਗ ਵੀ ਜਾਣਿਆ ਜਾਂਦਾ ਹੈ, ਔਰ ਉਸ ਤੋਂ ਬਾਅਦ ਜਦੋਂ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਹਨ ਤਾਂ ਇਹਨਾਂ ਨੂੰ ਨਾਮ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਜਾਂਦਾ ਹੈ ਬੰਦਾ ਸਿੰਘ ਬਹਾਦਰ ਦਾ। ਠੀਕ ਹੈ, ਬੰਦਾ ਦਾ ਮਤਲਬ ਹੁੰਦਾ ਹੈ ਗੁਲਾਮ। ਠੀਕ ਹੈ, ਬੰਦਾ ਦਾ ਮਤਲਬ ਹੁੰਦਾ ਹੈ ਗੁਲਾਮ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਨਾਮ ਜਿਹੜਾ ਸੀਗਾ ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਸੀ, ਔਰ ਇਹ ਅੱਗੇ ਚੱਲ ਕੇ ਜੋ ਸੀ ਮਿਲਟਰੀ ਲੀਡਰ ਬਣੇ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ, ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਮਿਲਟਰੀ ਲੀਡਰ ਬਣੇ ਸਨ। ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਮੌਤ ਹੁੰਦੀ ਹੈ 1708 ਦੇ ਵਿੱਚ, ਯਾਨੀ ਕਿ 1708 ਦੇ ਵਿੱਚ ਉਹ ਜੋਤੀ ਜੋਤ ਸਮਾਉਂਦੇ ਨੇ, ਔਰ ਉਸ ਤੋਂ ਬਾਅਦ ਜਿਹੜੀ ਕਮਾਂਡ ਹੁੰਦੀ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੁਆਰਾ ਹੀ ਸੰਭਾਲੀ ਜਾਂਦੀ ਹੈ। ਤਾਂ ਅੱਗੇ ਅਗਰ ਗੱਲ ਕਰੀਏ ਕਿ ਉਸ ਤੋਂ ਬਾਅਦ ਜਿਹੜੀਆਂ ਹੈ ਜੰਗਾਂ ਦਾ ਬਾਰੇ, ਤਾਂ ਬੈਟਲਸ ਆਫ ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ 1708 ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ, ਠੀਕ ਹੈ, ਤਾਂ ਉਸ ਤੋਂ ਬਾਅਦ ਜਿਹੜਾ ਹੈ ਜਿਹੜੀ ਕਮਾਂਡ ਆਉਂਦੀ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹੱਥ ਵਿੱਚ ਆਉਂਦੀ ਹੈ, ਔਰ ਉਸ ਤੋਂ ਬਾਅਦ ਪਹਿਲੀ ਬੈਟਲ ਹੀ ਹੁੰਦੀ ਹੈ ਕਿਸਦੀ, ਸਮਾਣੇ ਦੀ, ਜਿਹੜੀ ਕਿ 1709 ਦੇ ਵਿੱਚ ਹੁੰਦੀ ਹੈ। ਠੀਕ ਹੈ, 1709 ਦੇ ਵਿੱਚ ਸਮਾਣੇ ਦੀ ਲੜਾਈ ਹੁੰਦੀ ਹੈ, ਜਿਹੜੀ ਕਿ ਵਜ਼ੀਰ ਖਾਂ ਦੀਆਂ ਫੌਜਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਹੁੰਦੀ ਹੈ।
ਠੀਕ ਹੈ, ਜਿਹੜੀ ਕਿ ਵਜ਼ੀਰ ਖਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਹੁੰਦੀ ਹੈ, ਸਮਾਣੇ ਦੀ ਲੜਾਈ 1709 ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਹੁੰਦੀ ਹੈ ਬੈਟਲ ਆਫ ਚੱਪੜਚਿੜੀ, ਤਾਂ ਬੈਟਲ ਆਫ ਚੱਪੜਚਿੜੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ 12 ਮਈ 1710 ਦੇ ਵਿੱਚ। 1710 ਦੇ ਵਿੱਚ ਹੁੰਦੀ ਹੈ ਜੀ ਚੱਪੜਚਿੜੀ ਦੀ ਲੜਾਈ, ਜਿਹਦੇ ਵਿੱਚ ਮੁਗਲ ਫੌਜਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਵਿਰੁੱਧ ਬਾਬਾ ਬੰਦਾ ਸਿੰਘ ਬਹਾਦਰ ਜੀ ਇਸ ਜੰਗ ਨੂੰ ਲੜਦੇ ਹਨ, ਔਰ ਚੱਪੜਚਿੜੀ ਦੀ ਜੰਗ ਦੇ ਵਿੱਚ ਵਜ਼ੀਰ ਖਾਂ ਜੋ ਹੁੰਦਾ ਹੈ ਉਸਦੀ ਮੌਤ ਹੋ ਜਾਂਦੀ ਹੈ, ਵਜ਼ੀਰ ਖਾਂ ਜੋ ਹੁੰਦਾ ਹੈ ਉਸਦੀ ਮੌਤ ਹੋ ਜਾਂਦੀ ਹੈ। ਇਸ ਲਈ ਇਹ ਡੇਟ ਜੋ ਹੈ ਆਪਣੇ ਕੋਲ ਕਲੀਅਰ ਹੈ ਕਿ 12 ਮਈ 1710, ਬਟ ਇੱਥੇ ਆਪਣੇ ਕੋਲ ਇਕੱਲਾ ਸੰਨ ਹੀ ਹੈ, ਠੀਕ ਹੈ। ਇੱਥੇ 12 ਮਈ 1710 ਹੈ, ਇਸ ਬੈਟਲ ਦੇ ਵਿੱਚ ਜਿਹੜਾ ਹੁੰਦਾ ਹੈ ਵਜ਼ੀਰ ਖਾਂ ਦੀ ਮੌਤ ਹੋ ਜਾਂਦੀ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਕਿ ਬਾਬਾ ਬੰਦਾ ਸਿੰਘ ਬਹਾਦਰ ਸਟਾਰਟਡ, ਠੀਕ ਹੈ, ਤਾਂ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਕੀ ਚੀਜ਼ਾਂ ਜਿਹੜੀਆਂ ਸੀਗੀਆਂ ਸਟਾਰਟ ਕੀਤੀਆਂ ਗਈਆਂ ਸੀ? ਤਾਂ ਫਸਟ ਆਪਣੇ ਕੋਲ ਹੈ ਨਿਊ ਕੈਲੰਡਰ, ਤਾਂ ਨਿਊ ਕੈਲੰਡਰ ਜਿਹੜੇ ਸੀਗੇ, ਨਵੇਂ ਕੈਲੰਡਰ ਜੋ ਸੀਗੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਜਾਰੀ ਕੀਤੇ ਗਏ ਸੀ। ਫਿਰ ਨਾਨਕਸ਼ਾਹੀ ਕੋਇਨ ਜਿਹੜੇ ਸੀ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਜਿਹੜੇ ਸੀ ਉਹ ਸਟਾਰਟ ਕੀਤੇ ਗਏ ਸੀ। ਫਿਰ ਆਪਣੇ ਕੋਲ ਨੇ ਜੀ ਅਫੀਸ਼ੀਅਲ ਸੀਲਸ, ਤਾਂ ਅਫੀਸ਼ੀਅਲ ਸੀਲਸ ਜਿਹੜੀਆਂ ਸੀਗੀਆਂ ਇਨ ਦੀ ਨੇਮ ਆਫ ਗੁਰੂ ਨਾਨਕ ਦੇਵ ਜੀ ਐਂਡ ਗੁਰੂ ਗੋਬਿੰਦ ਸਿੰਘ ਜੀ, ਮਤਲਬ ਕਿ ਜਿਹੜੀਆਂ ਇਹ ਅਫੀਸ਼ੀਅਲ ਸੀਲਸ ਸੀਗੀਆਂ ਇਹਨਾਂ ਦੇ ਉੱਪਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਜਿਹੜਾ ਸੀ, ਫੋਟੋ ਆਪਾਂ ਕਹਿ ਸਕਦੇ ਹਾਂ, ਤਾਂ ਉਹ ਉਹਨਾਂ ਦੇ ਉੱਪਰ ਸੀਲਾਂ ਦੇ ਉੱਪਰ ਬਣੀ ਹੁੰਦੀ ਸੀਗੀ, ਤਾਂ ਉਹ ਸੀਲਾਂ ਜਿਹੜੀਆਂ ਸੀਗੀਆਂ ਅਫੀਸ਼ੀਅਲ ਸੀਲਸ ਇਹਨਾਂ ਨੇ ਜਾਰੀ ਕੀਤੀਆਂ ਸਨ। ਨੈਕਸਟ ਆਪਣੇ ਕੋਲ ਹੈ ਆਪਣੇ ਕੋਲ ਅਨਾਊਂਸਡ ਪਰਸ਼ੀਅਨ ਲੈਂਗੁਏਜ ਐਜ਼ ਅ ਅਫੀਸ਼ੀਅਲ ਲੈਂਗੁਏਜ, ਤਾਂ ਜਿਹੜੀ ਉਸ ਸਮੇਂ ਪਰਸ਼ੀਅਨ ਲੈਂਗੁਏਜ ਸੀਗੀ ਉਸ ਨੂੰ ਅਫੀਸ਼ੀਅਲ ਲੈਂਗੁਏਜ ਵਜੋਂ ਜਿਹੜਾ ਸੀਗਾ ਇਹਨਾਂ ਨੇ ਅਨਾਊਂਸ ਕੀਤਾ ਸੀਗਾ। ਫਿਰ ਹੈ ਐਂਡ ਆਫ ਜ਼ਿਮੀਂਦਾਰੀ ਸਿਸਟਮ, ਤਾਂ ਜ਼ਿਮੀਂਦਾਰੀ ਸਿਸਟਮ ਦਾ ਖਾਤਮਾ ਕੀਤਾ ਸੀ, ਜਿਹੜਾ ਉਸ ਟਾਈਮ 'ਤੇ ਜ਼ਿਮੀਂਦਾਰੀ ਸਿਸਟਮ ਚੱਲਦਾ ਸੀ ਉਸ ਚੀਜ਼ ਦਾ ਖਾਤਮਾ ਕੀਤਾ ਸੀ। ਔਰ ਉਸ ਤੋਂ ਬਾਅਦ ਇਹਨਾਂ ਸਭ ਜਿੱਤਾਂ ਤੋਂ, ਇਹਨਾਂ ਸਭ ਜਿਹੜੇ ਕੰਮ ਕੀਤੇ ਹੋਏ, ਠੀਕ ਹੈ, ਇਹਨਾਂ ਤੋਂ ਬਾਅਦ ਜੋ ਹੈ 1716 ਦੇ ਵਿੱਚ ਚੱਲ ਕੇ ਜਿਹੜੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਡੈਥ ਹੋ ਜਾਂਦੀ ਹੈ 9 ਜੂਨ 1716 ਦੇ ਵਿੱਚ। ਕਿੱਥੇ ਹੁੰਦੀ ਹੈ ਜੀ? ਦਿੱਲੀ ਦੇ ਵਿੱਚ। ਤਾਂ ਦਿੱਲੀ ਦੇ ਵਿੱਚ ਜਦੋਂ ਇਹਨਾਂ ਦੀ ਮੌਤ ਹੋ ਜਾਂਦੀ, ਉਸ ਤੋਂ ਬਾਅਦ ਕੀ ਹੁੰਦਾ ਹੈ? ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੌਤ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦੀ ਸੁਰੱਖਿਆ ਲਈ ਭਾਈ ਮਨੀ ਸਿੰਘ ਨੂੰ ਅਪੁਆਇੰਟ ਕੀਤਾ ਜਾਂਦਾ ਹੈ, ਠੀਕ ਹੈ। ਤਾਂ ਭਾਈ ਮਨੀ ਸਿੰਘ ਵੀ ਕੀ ਸੀਗੇ? ਇਹਨਾਂ ਦੇ ਨਾਲ ਹੀ ਰਹਿਣ ਵਾਲੇ ਸਨ, ਠੀਕ ਹੈ। ਤਾਂ ਭਾਈ ਮਨੀ ਸਿੰਘ ਜੀ ਜਿਹੜੇ ਹੁੰਦੇ ਸੀ ਬਹੁਤ ਜ਼ਿਆਦਾ ਕਲੋਜ਼ ਹੁੰਦੇ ਸੀ ਕਿਹਨਾਂ ਦੇ? ਗੁਰੂ ਗੋਬਿੰਦ ਸਿੰਘ ਜੀ ਦੇ। ਔਰ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ, ਠੀਕ ਹੈ, ਤਾਂ ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਜਿਹੜੇ ਨੇ ਉਹ ਜਿਹੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਰਹਿਣ ਲੱਗਦੇ ਨੇ ਅਤੇ ਉਹਨਾਂ ਦੀਆਂ ਸਲਾਹਾਂ 'ਤੇ ਹੀ ਅੱਗੇ ਕੰਮ ਕਰਦੇ ਹਨ। ਬਟ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਮੌਤ ਹੋ ਜਾਂਦੀ ਹੈ, ਤਾਂ ਅੰਮ੍ਰਿਤਸਰ ਸਾਹਿਬ ਦੀ ਸੁਰੱਖਿਆ ਦੇ ਲਈ ਭਾਈ ਮਨੀ ਸਿੰਘ ਨੂੰ ਹੀ ਅਪੁਆਇੰਟ ਕੀਤਾ ਜਾਂਦਾ ਹੈ। ਤਾਂ ਇਸ ਤੋਂ ਬਾਅਦ ਕੀ ਹੁੰਦਾ ਹੈ? ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੌਤ ਹੋ ਜਾਂਦੀ ਹੈ, ਕਿਉਂਕਿ ਕਾਫੀ ਜਿਹੜੇ ਲੋਕ ਸਨ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਗੁਰੂ ਮੰਨਦੇ ਸਨ ਅਤੇ ਉਹਨਾਂ ਨਾਲ ਜੁੜੇ ਹੋਏ ਸਨ, ਤਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੌਤ ਹੋ ਜਾਂਦੀ ਹੈ ਤਾਂ ਸਿੱਖ ਜਿਹੜੇ ਹੁੰਦੇ ਨੇ ਉਹ ਦੋ ਭਾਗਾਂ ਦੇ ਵਿੱਚ ਵੰਡ ਜਾਂਦੇ ਨੇ। ਇੱਕ ਤਾਂ ਆਪਣੇ ਕੋਲ ਆਉਂਦਾ ਜੀ ਬੰਦੀ ਖਾਲਸਾ, ਔਰ ਦੂਸਰਾ ਹੈ ਆਪਣੇ ਕੋਲ ਤੱਟ ਖਾਲਸਾ। ਬੰਦੀ ਖਾਲਸਾ ਜਿਹੜੇ ਸੀਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮੰਨਣ ਵਾਲੇ ਸਨ, ਠੀਕ ਹੈ। ਬੰਦੀ ਖਾਲਸਾ ਜਿਹੜੇ ਸੀਗੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਮੰਨਦੇ ਸਨ, ਔਰ ਤੱਟ ਖਾਲਸਾ ਵਾਲੇ ਜਿਹੜੇ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਮੰਨਦੇ ਸਨ। ਜਦੋਂ ਕੀ ਹੁੰਦਾ ਹੈ? ਜਦੋਂ ਸਿੱਖ ਜਿਹੜੇ ਨੇ ਉਹ ਦੋ ਭਾਗਾਂ ਦੇ ਵਿੱਚ ਵੰਡੇ ਜਾਂਦੇ ਨੇ, ਠੀਕ ਹੈ, ਬੰਦੀ ਖਾਲਸਾ ਔਰ ਤੱਟ ਖਾਲਸਾ ਦੋਨੋਂ ਦੇ ਵਿੱਚ ਵੰਡੇ ਜਾਂਦੇ ਨੇ, ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ? ਭਾਈ ਮਨੀ ਸਿੰਘ ਜੀ ਜਿਹੜੇ ਸੀਗੇ, ਠੀਕ ਹੈ, ਜਿਹੜੇ ਕਿ ਉਸ ਟਾਈਮ 'ਤੇ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਸੀਗੀ ਉਹ ਸੁਰੱਖਿਆ ਲਈ ਤੈਨਾਤ ਸਨ, ਤਾਂ ਭਾਈ ਮਨੀ ਸਿੰਘ ਜੀ ਦੁਆਰਾ ਜਿਹੜਾ ਸੀਗਾ ਉਹਨਾਂ ਨੂੰ ਸਮਝਾਇਆ ਗਿਆ, ਠੀਕ ਹੈ, ਔਰ ਉਹਨਾਂ ਦੇ ਵਿੱਚ ਜਿਹੜੀ ਸੀਗੀ ਉਹ ਇਸ਼ੂ ਨੂੰ ਉਸ ਤਰੀਕੇ ਦੇ ਨਾਲ ਖਤਮ ਕੀਤਾ ਗਿਆ, ਠੀਕ ਹੈ। ਜਿਹੜਾ ਵੀ ਸਿੱਖਾਂ ਦੇ ਵਿੱਚ ਇਸ਼ੂ ਕੋਈ ਕ੍ਰੀਏਟ ਹੋਇਆ ਸੀਗਾ, ਤਾਂ ਉਸ ਤਰੀਕੇ ਨਾਲ ਉਸ ਇਸ਼ੂ ਨੂੰ ਕ੍ਰੀਏਟ ਕੀਤਾ ਜਿਹੜਾ ਸੀਗਾ ਖਤਮ ਕੀਤਾ ਗਿਆ, ਔਰ ਸਿੱਖ ਹੌਲੀ ਹੌਲੀ ਫਿਰ ਤੋਂ ਸੀਗੇ ਕੀ ਹੋਣ ਲੱਗੇ? ਇਕੱਠੇ ਹੋਣ ਲੱਗੇ, ਠੀਕ ਹੈ, ਸਿੱਖ ਫਿਰ ਤੋਂ ਹੌਲੀ ਹੌਲੀ ਇਕੱਠੇ ਹੋਣ ਲੱਗੇ। ਫਿਰ ਆਪਣੇ ਕੋਲ ਕੀ ਹੁੰਦਾ ਹੈ ਜੀ? ਜਦੋਂ ਇਸ ਤਰੀਕੇ ਨਾਲ ਇਹ ਚੱਲ ਰਿਹਾ ਹੁੰਦਾ ਹੈ, ਟਾਈਮ ਨਿਕਲ ਰਿਹਾ ਹੁੰਦਾ ਹੈ ਕਿ ਗੁਰੂ ਜਿਹੜੇ
ਠੀਕ ਹੈ, ਤਾਂ ਜਿਹੜੇ ਸਿੱਖ ਹੁੰਦੇ ਨੇ ਆਪਸ ਦੇ ਵਿੱਚ ਮਿਲੇ ਜੁਲੇ ਹੋਏ ਚੱਲ ਰਹੇ ਹੁੰਦੇ ਨੇ, ਉਸੇ ਟਾਈਮ 'ਤੇ ਕੀ ਵਾਪਰਦਾ ਹੈ? ਛੋਟਾ ਘੱਲੂਘਾਰਾ। ਠੀਕ ਹੈ, ਛੋਟਾ ਘੱਲੂਘਾਰਾ ਵਾਪਰਦਾ ਹੈ ਜਿਸ ਸਮੇਂ ਕੀ ਹੁੰਦਾ ਹੈ, ਪੰਜਾਬ ਦਾ ਗਵਰਨਰ ਜੋ ਹੁੰਦਾ ਹੈ ਉਹ ਹੁੰਦਾ ਹੈ ਯਾ ਖਾਨ। ਠੀਕ ਹੈ, ਯਾ ਖਾਨ ਉਸ ਟਾਈਮ 'ਤੇ ਜਿਹੜਾ ਹੁੰਦਾ ਹੈ ਉਹ ਪੰਜਾਬ ਦਾ ਗਵਰਨਰ ਹੁੰਦਾ ਹੈ, ਔਰ ਇਹ ਛੋਟਾ ਘੱਲੂਘਾਰਾ ਜਿਹੜਾ ਹੈ ਜੂਨ 1746 ਦੇ ਵਿੱਚ ਵਾਪਰਦਾ ਹੈ ਕਿਹੜੀ ਜਗ੍ਹਾ 'ਤੇ? ਕਨੂਵਾਨ ਨੀਅਰ ਗੁਰਦਾਸਪੁਰ। ਤਾਂ ਨੀਅਰ ਗੁਰਦਾਸਪੁਰ ਦੇ ਵਿੱਚ ਜਿਹੜਾ ਇਹ ਛੋਟਾ ਘੱਲੂਘਾਰਾ ਵਾਪਰਦਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਸਿੱਖਾਂ ਦੀ ਜਿਹੜੀ ਹੁੰਦੀ ਹੈ ਉਹ ਮੌਤ ਹੋ ਜਾਂਦੀ ਹੈ, ਕਿਉਂਕਿ ਇੱਕੇਦਮ ਜਿਹੜਾ ਹੁੰਦਾ ਹੈ ਕਿਸੇ ਜਿਹੜੀਆਂ ਫੌਜਾਂ ਦੁਆਰਾ ਹਮਲਾ ਹੁੰਦਾ ਹੈ ਇਹਨਾਂ ਦੇ ਉੱਪਰ। ਠੀਕ ਹੈ, ਔਰ ਬਹੁਤ ਸਾਰੇ ਸਿੱਖਾਂ ਨੂੰ ਧੋਖੇ ਦੇ ਨਾਲ ਇੱਥੇ ਮਾਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਜਿਹੜਾ ਹੈ ਫਿਰ ਵੀ ਕਿਸੇ ਤਰੀਕੇ ਨਾਲ ਸੰਭਲਦੇ ਨੇ ਸਿੱਖ, ਔਰ ਫਿਰ ਕੀ ਹੁੰਦਾ ਹੈ ਜੀ, ਦਲ ਖਾਲਸਾ। ਤਾਂ ਦਲ ਖਾਲਸਾ ਜਿਹੜਾ ਹੁੰਦਾ ਹੈ ਇਸ ਨੂੰ ਫਾਊਂਡ ਕੀਤਾ ਜਾਂਦਾ, ਮਤਲਬ ਕਿ ਦਲ ਖਾਲਸਾ ਜਿਹੜੀ ਹੁੰਦੀ ਹੈ ਇਸ ਦੀ ਸਥਾਪਨਾ ਕੀਤੀ ਜਾਂਦੀ ਹੈ, ਔਰ ਦਲ ਖਾਲਸਾ ਦਾ ਫਾਊਂਡਰ ਕੌਣ ਹੁੰਦਾ ਹੈ? ਨਵਾਬ ਕਪੂਰ ਸਿੰਘ। ਤਾਂ ਨਵਾਬ ਕਪੂਰ ਸਿੰਘ ਦੁਆਰਾ ਦਲ ਖਾਲਸਾ ਦੀ 27 ਮਾਰਚ 1748 ਦੇ ਵਿੱਚ ਸਥਾਪਨਾ ਕੀਤੀ ਜਾਂਦੀ ਹੈ, ਔਰ ਇਹ ਦਲ ਖਾਲਸਾ ਜੋ ਹੁੰਦਾ ਹੈ 11 ਮਿਸਲਾਂ ਦੇ ਵਿੱਚ ਡਿਵਾਈਡ ਹੁੰਦਾ ਹੈ। ਠੀਕ ਹੈ, ਆਪਾਂ ਅੱਜ ਤੱਕ ਪੜ੍ਹਿਆ ਹੋਏਗਾ ਕਿ ਆਪਣੇ ਪੰਜਾਬ ਦੇ ਟੋਟਲ ਕਿੰਨੀਆਂ ਮਿਸਲਾਂ ਸੀ? 12 ਮਿਸਲਾਂ ਸੀ, ਬਟ ਜਿਹੜਾ ਦਲ ਖਾਲਸਾ ਸੀ ਇਸ ਇਕੱਲੇ ਦੇ ਅੰਦਰ ਕਿੰਨੀਆਂ ਮਿਸਲਾਂ ਸੀ? 11 ਮਿਸਲਾਂ ਸੀ, ਬਟ ਇੱਕ 12ਵੀਂ ਮਿਸਲ ਹੁੰਦੀ ਸੀ ਜਿਹੜੀ ਸੀ ਫੁਲਕਨੀਆ ਮਿਸਲ। ਠੀਕ ਹੈ, ਫੁਲਕਨੀਆ ਮਿਸਲ, ਤਾਂ ਇਹ ਮਿਸਲ ਜਿਹੜੀ ਹੁੰਦੀ ਸੀ ਇਹ ਦਲ ਖਾਲਸਾ ਨਾਲ ਰਿਲੇਟਡ ਨਹੀਂ ਸੀ, ਇਹ ਇਕੱਲੀ ਜਿਹੜੀ ਮਿਸਲ ਸੀਗੀ ਉਹ ਬਣੀ ਹੋਈ ਸੀ, ਬਟ ਦਲ ਖਾਲਸਿਆਂ ਦੇ ਅੰਦਰ ਜਿਹੜੀਆਂ ਸੀ 11 ਮਿਸਲਾਂ ਜਿਹੜੀਆਂ ਸੀ ਉਹ ਆਉਂਦੀਆਂ ਸੀ। ਟੋਟਲ ਆਪਣੇ ਕੋਲ 12 ਮਿਸਲਾਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹਨ। ਤਾਂ ਇਹਨਾਂ ਬਾਰੇ ਵੀ ਆਪਾਂ ਅੱਗੇ ਜਿਹੜੀ ਹੈਗਲੀ ਕਲਾਸ ਦੇ ਵਿੱਚ ਪੂਰੀ ਜਾਣਕਾਰੀ ਕਰਾਂਗੇ, ਕਿਉਂਕਿ ਅੱਗੇ ਜਦੋਂ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਸ਼ੁਰੂ ਕਰਾਂਗੇ, ਕਿਉਂਕਿ ਉਹ ਵੀ ਜਿਹੜੇ ਨੇ ਉਹ ਇਹਨਾਂ ਦਲ ਖਾਲਸਾ ਦੇ ਵਿੱਚੋਂ ਹੀ ਇੱਕ ਮਿਸਲ ਦੇ ਨਾਲ ਰਿਲੇਟਡ ਹਨ, ਤਾਂ ਇਸ ਲਈ ਆਪਾਂ ਨੂੰ ਇਹਨਾਂ ਨੂੰ ਵੀ ਪੜ੍ਹਨਾ ਹੈ। ਨੈਕਸਟ ਹੈ ਆਪਣੇ ਕੋਲ ਜੀ ਥਰਡ ਬੈਟਲ ਆਫ ਪਾਣੀਪਤ। ਤਾਂ ਥਰਡ ਬੈਟਲ ਆਫ ਪਾਣੀਪਤ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਆਪਣੇ ਕੋਲ 1761 ਦੇ ਵਿੱਚ। ਥਰਡ ਬੈਟਲ ਆਫ ਪਾਣੀਪਤ ਇਹ ਹੁੰਦੀ ਹੈ 1761 ਦੇ ਵਿੱਚ। ਇਹਨੂੰ ਆਪਾਂ ਕਿਉਂ ਪੜ੍ਹ ਰਹੇ ਹਾਂ? ਸਿੱਖਾਂ ਨਾਲ ਤਾਂ ਰਿਲੇਟਡ ਨਹੀਂ ਹੈ, ਇਹਨੂੰ ਆਪਾਂ ਇਸ ਲਈ ਪੜ੍ਹ ਰਹੇ ਹਾਂ ਕਿਉਂਕਿ ਇਹ ਆਪਣੀ ਦੂਸਰੇ ਜਿਹੜਾ ਹੁੰਦਾ ਹੈ ਵੱਡਾ ਘੱਲੂਘਾਰਾ ਹੁੰਦਾ ਹੈ, ਕਿਉਂਕਿ ਪਹਿਲਾਂ ਛੋਟਾ ਵੱਡਾ ਘੱਲੂਘਾਰਾ ਹੋਇਆ, ਉਸ ਤੋਂ ਬਾਅਦ ਜਦੋਂ ਵੱਡਾ ਘੱਲੂਘਾਰਾ ਹੁੰਦਾ ਹੈ ਇਹ ਉਹਦੇ ਨਾਲ ਰਿਲੇਟਡ ਹੈ, ਇਸ ਲਈ ਆਪਾਂ ਨੂੰ ਥਰਡ ਬੈਟਲ ਆਫ ਪਾਣੀਪਤ ਵੀ ਪੜ੍ਹਨੀ ਪੈ ਰਹੀ ਹੈ। ਤਾਂ ਥਰਡ ਬੈਟਲ ਆਫ ਪਾਣੀਪਤ ਜੋ ਹੈ ਆਪਣੇ ਕੋਲ 1761 ਦੇ ਵਿੱਚ ਹੁੰਦੀ ਹੈ, ਜਿਸ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਅਤੇ ਮਹਾਰਾਠਾਂ ਦੇ ਵਿੱਚ ਜਿਹੜੀ ਹੁੰਦੀ ਹੈ ਇਹ ਯੋਧਿਆਂ ਲੜਾਈ ਹੁੰਦੀ ਹੈ। ਅਹਿਮਦ ਸ਼ਾਹ ਅਬਦਾਲੀ ਕੌਣ ਹੁੰਦਾ ਹੈ? ਇਹ ਅਫਗਾਨਿਸਤਾਨ ਦਾ ਜਿਹੜਾ ਹੁੰਦਾ ਹੈ ਸੁਲਤਾਨ ਹੁੰਦਾ ਹੈ, ਅਫਗਾਨਿਸਤਾਨ ਦਾ ਬਾਦਸ਼ਾਹ ਹੁੰਦਾ ਹੈ। ਠੀਕ ਹੈ, ਅਫਗਾਨਿਸਤਾਨ ਦਾ ਬਾਦਸ਼ਾਹ ਹੁੰਦਾ ਹੈ, ਔਰ ਜਿਹੜੇ ਮਰਾਠਾ ਫੋਰਸ ਹੁੰਦੀ ਹੈ ਇਸ ਦੇ ਵਿੱਚ ਜੋ ਹੈ ਇਹ ਯੁੱਧ ਹੁੰਦਾ ਹੈ। ਇੱਥੋਂ ਜਦੋਂ ਹੋਏ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੁੰਦਾ ਹੈ ਇੱਥੋਂ ਜਿੱਤਣ ਤੋਂ ਬਾਅਦ, ਠੀਕ ਹੈ, ਜਿੱਤਣ ਤੋਂ ਬਾਅਦ ਜਦੋਂ ਵਾਪਸ ਅਫਗਾਨਿਸਤਾਨ ਜਾ ਰਿਹਾ ਹੁੰਦਾ ਹੈ ਤਾਂ ਉਹ ਪੰਜਾਬ ਦੇ ਰਸਤੇ ਦੇ ਰਾਹੀਂ ਜਾਂਦਾ ਹੈ। ਤਾਂ ਪੰਜਾਬ ਦੇ ਰਸਤੇ ਦੇ ਰਾਹੀਂ ਜਾਂਦਾ ਹੈ ਤਾਂ ਉੱਥੋਂ ਬਹੁਤ ਸਾਰੀ ਲੁੱਟ ਖੋ ਕਰਦਾ ਹੈ। ਲੁੱਟ ਖੋ ਕਰਨ ਦੇ ਕਾਰਨ ਜਿਹੜਾ ਹੈ ਪੰਜਾਬ ਦੇ ਜਿਹੜੇ ਸਿੱਖ ਹੁੰਦੇ ਨੇ ਉਹਨਾਂ ਔਰ ਇਹਦੇ ਵਿੱਚ ਜਿਹੜੀ ਹੁੰਦੀ ਹੈ ਮੁੱਠਭੇੜ ਹੁੰਦੀ ਹੈ, ਜਿਸ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਜਾਂਦੇ ਹਨ, ਜਿਸ ਨੂੰ ਆਪਾਂ ਵੱਡੇ ਘੱਲੂਘਾਰੇ ਵਜੋਂ ਜਾਣਦੇ ਹਾਂ। ਜਿਹੜਾ ਇਹ ਵੱਡਾ ਘੱਲੂਘਾਰਾ ਹੁੰਦਾ ਹੈ ਇਹ 5 ਫਰਵਰੀ 1762 ਦੇ ਵਿੱਚ ਵਾਪਰਦਾ ਹੈ। ਠੀਕ ਹੈ, 5 ਫਰਵਰੀ 1762 ਦੇ ਵਿੱਚ ਵਾਪਰਦਾ ਹੈ, ਕਿਹੜੀ ਪਲੇਸ 'ਤੇ? ਮਲੇਰਕੋਟਲਾ ਵਿਖੇ। ਠੀਕ ਹੈ, ਤਾਂ ਮਲੇਰਕੋਟਲਾ ਦੇ ਵਿੱਚ ਇਹ ਵੱਡਾ ਘੱਲੂਘਾਰਾ ਵਾਪਰਦਾ ਹੈ, ਜਿਸ ਦੇ ਵਿੱਚ ਅਫਗਾਨਿਸਤਾਨ ਦੇ, ਠੀਕ ਹੈ, ਅਫਗਾਨਿਸਤਾਨ ਦੀਆਂ ਫੌਜਾਂ ਦੁਆਰਾ ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਪਹੁੰਚਾਇਆ ਜਾਂਦਾ ਹੈ। ਤਾਂ ਅੱਜ ਦੀ ਕਲਾਸ ਲਈ ਬਸ ਇੰਨਾ ਹੀ। ਠੀਕ ਹੈ, ਔਰ ਕੱਲ੍ਹ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਕਿ 12 ਮਿਸਲਾਂ ਜਿਹੜੀਆਂ ਸੀਗੀਆਂ ਟੋਟਲ ਕੀ ਸੀਗੀਆਂ, ਕਿੰਨਾ ਦੇ ਕਿਵੇਂ ਕਿਵੇਂ ਉਹਨਾਂ ਦੇ ਨਾਮ ਸੀ, ਔਰ ਕਿਹੜੀ ਕਿਹੜੀ ਮਿਸਲ ਦੇ ਕੌਣ ਕੌਣ ਫਾਊਂਡਰ ਸਨ। ਠੀਕ ਹੈ, ਔਰ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਸੀਗੇ ਉਹ ਕਿਹੜੀ ਮਿਸਲ ਨਾਲ ਜਿਹੜੇ ਸੀ ਰਿਲੇਟ ਰੱਖਦੇ ਸੀ, ਔਰ ਮਹਾਰਾਜਾ ਰਣਜੀਤ ਸਿੰਘ ਬਾਰੇ ਉਹਨਾਂ ਦੀ ਅੱਗੇ ਪੂਰੀ ਜੀਵਨੀ ਜਿਹੜੀ ਹੈ ਉਹ ਆਪਾਂ ਕੱਲ੍ਹ ਦੀ ਕਲਾਸ ਵਿੱਚ ਕੰਪਲੀਟ ਕਰਾਂਗੇ। ਔਰ ਅਗਰ ਹਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰੱਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਔਰ ਬੈਲ ਆਈਕਨ ਵਾਲੀ ਘੰਟੀ ਨੂੰ ਵੀ ਆਲ 'ਤੇ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅੱਗੇ ਆਉਣ ਵਾਲੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਜੋ ਹੈ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ। ਔਰ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਦੇ ਰਹਿਣਾ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਦੀ ਰਹੇ। ਥੈਂਕ